ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਲਵ ਫੋਰਐਵਰ ਚੈਨਲ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਦੋਸਤੋ, ਅੱਜ ਦੀ ਖੁਸ਼ਖਬਰੀ ਆਪਾਂ ਲੈ ਕੇ ਆਏ ਹਾਂ ਉਹਨਾਂ ਵਿਦਿਆਰਥੀਆਂ ਲਈ ਜਿਨ੍ਹਾਂ ਦਾ 10ਵੀਂ ਦਾ ਪੇਪਰ ਕੈਂਸਲ ਹੋਣ ਦੀ ਸੰਭਾਵਨਾ ਸੀ। ਜੀ ਹਾਂ ਦੋਸਤੋ, CBSE ਬੋਰਡ ਦੇ 10ਵੀਂ ਕਲਾਸ ਦਾ ਪੇਪਰ ਗਣਿਤ ਦਾ ਜੋ ਕਿ ਕੈਂਸਲ ਹੋਣ ਦੀ ਸੰਭਾਵਨਾ ਸੀ, ਉਹ ਕੈਂਸਲ ਨਹੀਂ ਹੋਵੇਗਾ। ਬੋਰਡ ਨੇ 10ਵੀਂ ਦੇ ਗਣਿਤ ਦੇ ਪੇਪਰ ਨੂੰ ਮੁੜ ਨਾ ਲੈਣ ਦਾ ਫੈਸਲਾ ਕੀਤਾ ਹੈ। ਪੇਪਰ ਲੀਕ ਮਾਮਲਾ ਸਾਹਮਣੇ ਆਉਣ ਦੇ ਬਾਅਦ ਬੋਰਡ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਇਸ ਪੇਪਰ ਨੂੰ ਮੁੜ ਲੈਣ ਬਾਰੇ ਵਿਚਾਰ ਕਰਾਂਗੇ। ਅਜੇ ਜੇ ਇਹ ਖਬਰ ਵਿਦਿਆਰਥੀਆਂ ਨੂੰ ਵੱਡੀ ਰਾਹਤ ਪਹੁੰਚਾਉਣ ਵਾਲੀ ਹੈ। ਬੋਰਡ ਨੇ ਇੱਕ ਸੂਤਰ ਦੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਪੇਪਰ ਦੀਆਂ ਕਾਪੀਆਂ ਦੇਖਣ ਦੇ ਬਾਅਦ ਇਸ ਸੰਬੰਧ 'ਚ ਫੈਸਲਾ ਲਿਆ ਗਿਆ ਹੈ। ਬੋਰਡ ਦਾ ਕਹਿਣਾ ਹੈ ਕਿ ਪੇਪਰ ਲੀਕ ਮਾਮਲੇ ਦਾ ਕਾਪੀਆਂ 'ਤੇ ਅਸਰ ਨਹੀਂ ਦਿਖ ਰਿਹਾ ਹੈ, ਅਜੇ 'ਚ ਮੁੜ ਪੇਪਰ ਲੈਣਾ ਠੀਕ ਨਹੀਂ ਹੋਵੇਗਾ। ਜਲਦੀ ਹੀ ਬੋਰਡ ਵੱਲੋਂ ਅਧਿਕਾਰਿਕ ਬਿਆਨ ਜਾਰੀ ਕੀਤਾ ਜਾ ਸਕਦਾ ਹੈ। 10ਵੀਂ ਗਣਿਤ ਦਾ ਪੇਪਰ 20 ਮਾਰਚ ਨੂੰ ਹੋਇਆ ਸੀ। CBSE ਦੇ ਪੇਪਰ ਲੀਕ ਮਾਮਲੇ 'ਚ ਦਿੱਲੀ ਪੁਲਿਸ ਨੇ ਸਕੂਲ ਦੇ ਪ੍ਰਿੰਸੀਪਲ ਤੋਂ ਵੀ ਪੁੱਛਗਿੱਛ ਕੀਤੀ ਸੀ। ਸਕੂਲ ਦੇ 2 ਅਧਿਆਪਕ ਗ੍ਰਿਫਤਾਰ ਹੋਏ ਹਨ। ਪੁੱਛਗਿੱਛ ਦੌਰਾਨ ਪੁਲਿਸ ਨੇ ਕਿਹਾ ਹੈ ਕਿ ਸਕੂਲ 'ਚ ਲੱਗੇ 15 CCTV ਕੈਮਰੇ ਤੋਂ ਜੁਰੀ ਰਿਕਾਰਡਿੰਗ ਡਿਵਾਈਸ 'ਚ ਕੁਝ ਵੀ ਰਿਕਾਰਡ ਨਹੀਂ ਮਿਲਿਆ। ਪ੍ਰਿੰਸੀਪਲ ਮੁਤਾਬਿਕ ਰਿਕਾਰਡਿੰਗ ਡਿਵਾਈਸ ਕੰਮ ਨਹੀਂ ਕਰ ਰਿਹਾ ਸੀ। ਤਾਂ ਦੋਸਤੋ, ਇਹ ਬਹੁਤ ਹੀ ਵੱਡੀ ਖੁਸ਼ਖਬਰੀ ਹੈ 10th ਕਲਾਸ ਦੇ CBSE ਵਿਦਿਆਰਥੀਆਂ ਦੇ ਲਈ। ਤਾਂ ਦੋਸਤੋ, ਇਸ ਦੇ ਨਾਲ ਹੀ ਹੁਣ ਦੀ ਵੀਡੀਓ ਕਰਦੇ ਹਾਂ ਖਤਮ। ਜਲਦੀ ਨਵੀਂ ਵੀਡੀਓ ਨਾਲ ਮਿਲਾਂਗੇ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।